हड़ पीड़ता लई जिवें पशु उधर थोड़े जे कखां कन्नी हो जा मर रहे ने एक अख उधर लेके जाना चाहुंदे वे चरी बाबा जी कहिंदे बढ़वा भी देवांगे नाल ते कुतरा भी देवांगे। ठीक है चरी हैगी बहुत वधिया। ठीक है जी। हड़ पीड़ता वास्ते बिगा सवा बिगा आपां जे कोई उधर जाऊगा कितें वी हड़ पीड़ता वास्ते। लो भाई सारे वीरां नूं प्यार भरी सति श्री अकाल। उम्मीद है तुसीं सारे ठीक होवोंगे ते आपां अज वधिया खबर लैके आए हांगे। जिवें हड़ पीड़ता वास्ते सारे लोग कोई दवाइयां लैके जा रहे कोई खाणा लैके जा रहे इत्थे बाबा जी कोई वक्री चीज़ दे रहे नेगे जिवें कहदी हड़ पीड़ता वास्ते। वाहिगुरु जी खालसा खालसा वाहिगुरु जी वाहिगुरू की फतेह फतेह। जी। ते बाबा जी तुहाडा उपराला सब तो पहला बहुत वधिया लग्या मैनूं। ठीक है जी। ते उपराला की हैगा बाबा जी ने करदे गलबात की उपराला करे बाबा जी तुसीं। उपराला ये है जी ਇਹ ਮਿੱਠੀ ਦੁੱਗੀ ਚਰੀ ਹੈਗੀ ਬਹੁਤ ਵਧੀਆ। ਠੀਕ ਹੈ ਜੀ। ਹੜ ਪੀੜਤਾਂ ਵਾਸਤੇ ਵਿੱਘਾ ਸਵਾ ਵਿੱਘਾ ਆਪਾਂ ਜੇ ਕੋਈ ਉਧਰ ਜਾਊਗਾ ਕਿਤੇ ਵੀ ਹੜ ਪੀੜਤਾਂ ਵਾਸਤੇ ਕੋਈ ਜਿਹੜੇ ਮੁੰਡੇ ਖੁੰਡੇ ਲਿਜਾਂਦੇ ਨੇ ਨਵੇਂ ਆਪਣਾ ਠੀਕ ਹੈ ਜੀ। ਟਰਾਲੀ 'ਚ ਕੋਤਰ ਕੇ ਪੱਠੇ ਸਾਡੇ ਠੰਡੀ ਗੇਟ ਹੈ ਠੀਕ ਹੈ ਆ ਜਾਣ ਅਸੀਂ ਕੋਤਰ ਕੇ ਵੀ ਨਾਲ ਹਿੰਮਤ ਵੀ ਕਰਾ ਦਿਆਂਗੇ ਠੀਕ ਹੈ ਜੀ। ਤੇ ਜਿਹਨੇ ਜਿਹਨੇ ਲਿਜਾਣੀ ਹੈ ਆਪਦੀ ਇੱਥੇ ਲਿਜਾ ਸਕਦਾ ਸਾਡਾ ਕੰਟੈਕਟ ਨੰਬਰ। ਠੀਕ ਹੈ ਜੀ। ਕੰਟੈਕਟ ਹਾਂ ਕਰ ਸਕਦਾ ਹਾਂ ਤੇ ਆਪਣਾ ਘਰ ਕਿੱਥੇ ਜੇ ਪੈ ਜਾਂਦਾ। ਪੱਤੀ ਰੋਡ ਤੇ ਹੀ ਦਾਣਾ ਗੁਰਦੁਆਰਾ ਜੀ ਠੀਕ ਹੈ ਜੀ। ਮਿੱਠੂ ਦਾ ਹੈਗਾ। ਮਿੱਠੂ ਦਾ हाँ बिल्कुल रोड ती घर अपना पत्ती रोड ते ठीक है जी। तर्कशील चौक दे लवे बिल्कुल बस स्टैंड दे लवे ਠੀਕ ਹੈ ਜੀ। शहर ची हाँ आप ਠੀਕ ਹੈ ਜੀ। नेम ची ਤੇ हाँ। ਤੁਸੀਂ ਦੇਖ ਸਕਦੇ ਬਾਈ ਜੀ ਇੱਧਰ ਨਿਗਮ ਆ ਰਵਾ ਦੋ ਦੇਖੋ ਆ ਮਿੱਟੀ ਚਰੀ ਖੜੀ ਆ। ਹੈਗੀ ਕਿੰਨਾ ਕਾ ਜੀ ਬਿੱਗਾ ਦਾ ਜੀ। हाँ ਬਿੱਗਾ ਬੜਾ ਦੇਂਗੇ ਜੀ। ਬਿੱਗਾ ਬੜਾ ਦਾਂਗੇ ਤੇ ਇੱਧਰ ਵੀ ਖੜੀ ਹੈਗੀ हाँ ਤੁਸੀਂ ਦੇਖ ਸਕਦੇ ਹੋ ਨਹੀਂ ਪਿੱਛੇ ਥੋੜੀ हाँ ਛੋਟੀ ਹੈਗੀ। ਠੀਕ ਹੈ ਜੀ। ਜੇ ਕੋਈ ਵੀ ਵੀਰ ਬਾਬਾ ਜੀ ਨਾਲ ਕੰਟੈਕਟ ਕਰਨਾ ਚਾਹੁੰਦਾ ਹੋਵੇ ਸਕਰੀਨ ਉੱਪਰ ਨੰਬਰ ਨੇ। ਠੀਕ ਹੈ। ਤੇ ਹੜ ਪੀੜਤਾਂ ਲਈ ਜਿਵੇਂ ਪਸ਼ੂ ਉਧਰ ਥੋੜੇ ਜਿਹਾ ਕੱਖਾਂ ਕੰਨੀ ਹੋ ਜਾਂ ਮਰ ਰਹੇ ਨੇਗੇ ਤੇ ਕੱਖ ਉਧਰ ਲੈ ਕੇ ਜਾਣਾ ਚਾਹੁੰਦੇ ਹੋ ਵੀ ਚਰੀ ਬਾਬਾ ਜੀ ਕਹਿੰਦੇ ਬੜਵਾ ਵੀ ਦੇਵਾਂਗੇ ਨਾਲ ਤੇ ਕੁਤਰਾ ਵੀ ਦੇਵਾਂਗੇ। ਠੀਕ ਹੈ। ਬਾਬਾ ਜੀ ਨਾਲ ਕੰਟੈਕਟ ਜ਼ਰੂਰ ਕਰ ਲਿਓ ਤੇ ਵਾਹਿਗੁਰੂ ਜੀ ਖਾਲਸਾ ਹਾਂ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਫਤਿਹ।